ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਨਿਦੀ ਆਵੇ ਧਾਈ ਸਤਿ ਸ਼੍ਰੀ ਅਕਾਲ ਮੈਂ ਭਾਵਨਾ ਕਪਿਲ ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ ਲਾਂਡਰਾਂ ਦੀ ਵਿਦਿਆਰਥਣ ਹਾਂ ਮੈਨੂੰ ਅੱਜ ਇਹ ਮੌਕਾ ਮਿਲਿਆ ਹੈ ਕਿ ਮੈਂ ਕੁਝ ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਤੇ ਤੁਹਾਡੇ ਸਾਰਿਆਂ ਨਾਲ ਸਾਂਝੇ ਕਰ ਸਕਾਂ ਅੱਜ ਮੈਂ ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰ ਪੇਸ਼ ਕਰਨ ਲੱਗੀ ਹਾਂ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਉਹਨਾਂ ਦੀ ਕੁਰਬਾਨੀ ਭਾਰਤ ਦੇ ਦੱਬੇ ਕੁਚਲੇ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾਲ ਰਹੀਕੋਮ ਦੇ ਹੱਕਾਂ ਲਈ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਬਰ ਤਿਆਰ ਰਹੀ ਗੁਰਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ ਉਹਨਾਂ ਦੇ ਬਚਪਨ ਦਾ ਨਾਮ ਬਹਾਦਰ ਚੰਦ ਸੀ ਤੇ ਉਹ ਗੁਰੂ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਉਹ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਨਿਰਭੇਤ ਤੇ ਗੰਭੀਰ ਸੁਭਾਅ ਦੇ ਮਾਲਕ ਸਨ ਉਹਨਾਂ ਦੀ ਅਖਰੀ ਪੜ੍ਹਾਈ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦੇਖਰੇਖ ਵਿੱਚ ਕੀਤਾ 1634 ਈਸਵੀ ਨੂੰ ਪਿਤਾ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਉਹਨਾਂ ਨੇ ਆਪਣੇ ਤਲਵਾਰ ਦੇ ਜੋਹਰ ਵਿਖਾਈ ਗੁਰੂ ਜੀ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਗੁਰੂ ਜੀ 20 ਸਾਲ ਭੋਰੇ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹੇ। 1635 ਈਸਵੀ ਵਿੱਚ ਉਹਨਾਂ ਦਾ ਵਿਆਹ ਲਾਲਚੰਦ ਦੀ ਸੁਪਤਰੀ ਮਾਤਾ ਗੁਜਰੀ ਜੀ ਨਾਲ ਕੀਤਾ ਗਿਆ। 8ਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ ਕਹਿ ਕੇ ਗੁਰੂ ਜੀ ਨੂੰ ਗੱਦੀ ਸੌਂਪੀ। ਅਖੀਰ 1 ਸਾਲ ਪਿਛੋਂ ਭਾਈ ਮੱਖਣ ਸ਼ਾ ਲੁਭਾਣਾ ਜੋ ਕਿ ਗੁਰੂ ਘਰ ਵਿੱਚ ਹੀ ਇੱਕ ਸ਼ਰਧਾਲੂ ਸੀ ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ ਫੇਰੀ ਵਿੱਚ ਗੁਰੂ ਜੀ ਕਰਕੇ ਹੀ ਪਾਰ ਲੱਗਾ ਸੀ ਆਪਣੀ ਸੁੱਖਣ ਦੀਆਂ 500 ਮੋਹਰਾਂ ਲੈ ਕੇ ਬਾਬਾ ਬਕਾਲੇ ਪੂਜਾ ਉੱਥੇ ਜਾ ਕੇ ਉਸਨੇ ਦੇਖਿਆ ਕਿ 22 ਗੁਰੂਆਂ ਦੀ ਮੰਝੀ ਲੱਗੀ ਹੋਈ ਹੈ ਉਹ ਸੋਚਣ ਲੱਗਾ ਕਿ ਮੈਂ ਕਿਸ ਗੁਰੂ ਨੂੰ ਆਪਣੀ ਮੋਹਰਾਂ ਪੇਸ਼ ਕਰਾਂ ਸੱਚੇ ਗੁਰੂ ਦੀ ਭਾਲ ਲਈ ਉਸਨੇ ਹਰ ਗੁਰੂ ਅੱਗੇ 55-55 ਮੋਹਰਾਂ ਪੇਸ਼ ਕੀਤੀਆਂ ਪਰ ਕਿਸੇ ਨੇ ਕੁਝ ਨਾ ਕਿਹਾ ਬੜੀ ਪੁੱਛਗਿੱਛ ਤੋਂ ਬਾਅਦ ਉਸਨੂੰ ਪਤਾ ਚੱਲਿਆ ਕਿ ਇੱਕ ਗੁਰੂ ਪੋਰੇ ਵਿੱਚ ਵੀ ਰਹਿੰਦਾ ਹੈ ਉਹ ਪੋਰੇ ਵਿੱਚ ਗਿਆ ਤੇ ਉਸਨੇ ਗੁਰੂ ਜੀ ਅੱਗੇ ਪੰਜ ਮੋਰਾ ਪੇਸ਼ ਕੀਤੀਆਂ ਗੁਰੂ ਜੀ ਨੇ ਕਿਹਾ ਸੁਖਣ ਤਾਂ 500 ਮੋਰਾ ਦੀਆ ਕਰਦਾ ਹੈ ਤੇ ਮੇਰੇ ਅੱਗੇ ਪੰਜ ਮੋਰਾ ਪੇਸ਼ ਕਰੀਆਂ ਹੈ ਇਹ ਸੁਣ ਕੇ ਭਾਈ ਮੱਖਣ ਸ਼ਾ ਖੁਸ਼ ਹੋ ਗਿਆ ਤੇ ਕਹਿਣ ਲੱਗਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਬਕਾਲੇ ਤੋਂ ਬਾਅਦ ਗੁਰੂ ਜੀ ਕਿਰਤਪੁਰ ਪੁੱਜੇ ਜਿੱਥੇ ਉਹਨਾਂ ਨੇ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਨਗਰ ਬਸਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਕਸ਼ਮੀਰ ਦਾ ਸੂਬੇ ਦਾ ਸ਼ੇਰ ਅਫਗਾਨ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਕਸ਼ਮੀਰੀ ਪੰਡਤ ਦੁਖੀ ਹੋ ਕੇ ਆਪਣੀ ਫਰਿਆਦ ਲੈ ਕੇ ਗੁਰੂ ਜੀ ਕੋਲ ਪੁੱਜੇ ਗੁਰੂ ਜੀ ਨੇ ਕਿਹਾ ਕਿ ਇਹ ਉਦੋਂ ਹੀ ਬਦ ਸਕਦੇ ਹਨ ਜਦੋਂ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਇਹ ਸੁਣ ਕੇ ਗੁਰੂ ਜੀ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਰਾਏ ਨੇ ਕਿਹਾ ਕੀ ਪਿਤਾ ਜੀ ਤੁਹਾਡੇ ਤੋਂ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ ਆਪਣੇ ਪੁੱਤਰ ਦੇ ਇਹ ਵਿਚਾਰ ਸੁਣ ਕੇ ਗੁਰੂ ਜੀ ਤਿਲਕ ਜੰਜੂ ਦੀ ਰੱਖਿਆ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪੁੱਜੇ ਦਿੱਲੀ ਪੁੱਜਣ ਤੇ ਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਆਗਰਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹਕੂਮਤ ਦੀ ਨੀਤੀ ਅਨੁਸਾਰ ਗੁਰੂ ਜੀ ਨੇ ਮੁਸਲਮਾਨ ਧਰਮ ਅਪਣਾਉਣ ਨੂੰ ਮਨਾਂ ਕੀਤਾ ਜਿਸ ਕਰਕੇ ਉਹਨਾਂ ਨੂੰ ਚਾਂਦਰੀ ਚੌਂਕ ਵਿੱਚ ਬਹੁਤ ਕਸ਼ਟ ਦਿੱਤੇ ਗਏ ਪਰ ਗੁਰੂ ਜੀ ਅਡੋਲ ਰਹੇ ਇਹ ਦ੍ਰਿੜਤਾ ਦੇਖ ਕੇ ਉਹਨਾਂ ਨੇ ਪਹਿਲਾਂ ਗੁਰੂ ਜੀ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਤਾ ਤੇ ਭਾਈ ਸੱਤੇ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਇਹ ਦੇਖ ਕੇ ਗੁਰੂ ਜੀ ਵੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ ਜਲਾਦ ਨੇ ਉਹਨਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਇਹ ਮਹਾਨ ਬਲੀਦਾਨ 1675 ਈਸਵੀ ਵਿੱਚ ਵਾਪਰਿਆ ਗੁਰੂ ਜੀ ਦਾ ਇੱਕ ਸਿੱਖ ਉਹਨਾਂ ਦਾ ਧੜ ਲੈ ਕੇ ਰਕਾਬਗੰਜ ਪਹੁੰਚਿਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਗੁਰੂ ਜੀ ਨੇ ਆਪਣਾ ਬਲੀਦਾਨ ਦੇ ਕੇ ਇਹ ਸਿੱਧ ਕੀਤਾ ਵਾਹੀ ਜਿੰਨਾ ਦੀ ਪਕੜੀਏ ਸਿਰ ਦੀ ਜੇ ਬਾਹੀ ਨਾ ਛੋੜੀਏ ਗੁਰੂ ਜੀ ਨੇ ਆਪਣੇ ਬਲੀਦਾਨ ਨਾਲ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਡਰੋਂ ਵਾਲਾ ਜ਼ਾਲਮ ਹੈ ਤੇ ਡਰਨ ਵਾਲਾ ਕਾਇਰ ਇਸ ਕਰਕੇ ਸਾਨੂੰ ਨਾ ਕਿਸੇ ਤੋਂ ਡਰਨਾ ਚਾਹੀਦਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਚਾਹੀਦਾ ਹੈ ਧੰਨਵਾਦ